ਦੇਖੋ এবੀਪ ਸੰਜਾ ਡਾਟਾਸਕਾਈ ਚੈਨਲ ਨੰਬਰ 19298 ਭਾਰਤੀ ਫੌਜਾਂ ਦੇ ਪਹਿਲੇ ਸਿੱਖ ਜਰਨੈਲ ਜਰਨਲ ਜੇਜ ਸਿੰਘ ਨੇ ਅੱਜ ਬੀਜੇਪੀ ਜੁਆਇਨ ਕਰ ਲਿਆ ਜਰਨਲ ਸਾਹਿਬ ਪਿੱਛੇ ਜੀ ਚਰਚਾ ਚੱਲ ਰਹੀ ਸੀ ਕਹਿੰਦੇ ਆਮ ਆਦਮੀ ਪਾਰਟੀ ਚ ਜਾ ਰਹੇ ਕੀ ਚੱਕਰ ਹੋ ਗਿਆ ਉਧਰ ਨਹੀਂ ਗੱਲ ਬਣੀ ਬੀਜੇਪੀ ਚ ਆ ਗਏ ਇਸ ਤਰ੍ਹਾਂ ਨਹੀਂ ਹੁੰਦਾ ਇਨਸਾਨ ਸੇਵਾ ਦੀ ਭਾਵਨਾ ਨਾਲ ਅਗੇ ਵਧਣਾ ਚਾਹੁੰਦਾ ਹੈ ਮੈਂ ਲੋਕਾਂ ਦੀ ਸੇਵਾ ਕਰਨਾ ਚਾਹਨਾ ਔਰ ਜਿੱਥੇ ਮੌਕਾ ਮਿਲੇਗਾ ਉਥੇ ਆਦਮੀ ਅੱਗੇ ਵਧੇਗਾ ਮੈਨੂੰ ਲੱਗਦਾ ਹੈ ਕਿ ਭਾਜਪਾ ਦੀ ਨੀਤੀਆਂ ਵੀ ਠੀਕ ਨੇ ਔਰ ਨiyet ਵੀ ਠੀਕ ਹੈ ਇਸ ਕਰਕੇ ਮੈਨੂੰ ਬਹੁਰੀ ਖੁਸ਼ੀ ਹੋਈ ਹੈ ਕਿ ਮੈਨੂੰ ਇੱਕ ਮੌਕਾ ਮਿਲੇਗਾ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਲਾਈਨ ਕਹਿੰਦੇ ਕਿਤਨੀ ਧੀਰ ਲਗਾ ਦਿੱਤੀ ਉਹਨੇ ਆਨੇ ਕੋ ਪਹਿਲਾਂ ਅਕਾਲੀ ਦਲ ਚ ਗਏ ਅਕਾਲੀ ਦਲ ਤੋਂ ਬਾਅਦ ਬ੍ਰਮਪੁਰ ਸਾਹਿਬ ਨਾਲ ਚਲੇ ਗਏ ਬ੍ਰਮਪੁਰ ਸਾਹਿਬ ਤੋਂ ਬਾਅਦ ਫਿਰ ਹੁਣ ਤੀਜੀ ਪਾਰਟੀ 5 ਸਾਲਾਂ ਦੇ ਵਿੱਚ ਤੀਜੀ ਪਾਰਟੀ ਹੈ ਤੁਹਾਡੀ ਤਾਂ ਭਾਜਪੀ ਦੇ ਵਿੱਚ ਆਉਣ ਚ ਇੰਨੀ ਦੇਰੀ ਕਿ ਹੋ ਗਈ ਨਹੀਂ ਦੇਖੋ ਜੇ ਮੈਂ ਅਕਾਲੀਆਂ ਨਾਲ ਜੁੜਿਆ ਸੀਗਾ ਉਸ ਵਿੱਚ ਮੇਰੇ ਨਾਲ ਤੁਹਾਨੂੰ ਪਤਾ ਹੈ ਕਿ ਤੋਖਾ ਹੋਇਆ ਇਸ ਕਰਕੇ ਮੈਂ ਕਿਹਾ ਭਾਈ ਮੈਂ ਤੁਹਾਡੇ ਨਾਲ ਨਹੀਂ ਮੈਂ ਚੱਲ ਸਕਦਾ ਔਰ ਤੁਹਾਡੀ ਪਾਰਟੀ ਜਿਹੜੀ ਹੈ ਆਪਣੇ ਮੈਨੀਫੈਸਟੋ ਔਰਿਜਨਲ ਕਨਸਟੀਟਿਊਸ਼ਨ ਤੇ ਖਿਲਾਫ ਹੋ ਗਈ ਹੈ ਇਸ ਕਰਕੇ ਮੈਂ ਤੁਹਾਡੇ ਨਾਲ ਨਹੀਂ ਚੱਲ ਸਕਦਾ ਤੇ ਕੋਈ ਉਹਦੇ 'ਚ ਮੈਂ ਗਲਤੀ ਨਹੀਂ ਕੀਤੀ ਦੂਜਾ ਮੈਂ ਬ੍ਰਹਮਪੁਰਾ ਸਾਹਿਬ ਨਾਲ ਜੁੜਿਆ ਸੀਗਾ ਕਿਉਂਕਿ ਮੈਂ ਕਹਿਆ ਭਈ ਇਹ ਟਕਸਾਲੀ ਆਕਾਲੀ ਨੇ ਤੇ ਇਹ ਚਾਹਦੇ ਨੇ ਕਿ ਅਸੀਂ ਸਾਫ਼ ਸੁਥਰੇ ਲੋਕਾਂ ਨਾਲ ਹੱਥ ਮਿਲਾ ਕੇ ਚੱਲੀਏ ਮੈਂ ਕਿਹਾ ਵੀ ਮੈਂ ਖੁਸ਼ ਹਾਂ ਕਿਉਂਕਿ ਇਹ ਵੀ ਇੱਕ ਸਿੱਖ ਪਾਰਟੀ ਹੈਗੀ ਮੈਂ ਸਿੱਖ ਹਾਂ ਮੇਰਾ ਪਹਿਲਾ ਫਰਜ਼ ਬਣਦਾ ਹੈ ਕਿ ਮੈਂ ਇਹਨਾਂ ਨਾਲ ਚੱਲਾਂ ਤੇ ਇਸ ਵੇਲੇ ਹੁਣ ਮੈਂ ਇਹ ਸੋਚਿਆ ਕਿ ਲੋਕਾਂ ਦੀ ਸੇਵਾ ਅਗਰ ਕਰਨੀ ਹੈ ਉਹ ਵੀ ਸ਼ਾਇਦ ਇੱਥੇ ਆ ਜਾਣਗੇ ਬ੍ਰਹਮਪੁਰਾ ਸਾਹਿਬ ਵੀ ਸ਼ਾਇਦ ਇੱਥੇ ਆ ਜਾਣਗੇ ਸਰ ਬ੍ਰਹਮਪੁਰਾ ਸਾਹਿਬ ਨੂੰ ਤਾਂ ਸੀਟ ਅਨਾਉਂਸ ਕਰ ਦਿੱਤੀ ਹੈ ਜੀ ਕਾਲੀਦ ਨੇ ਹਾਂ ਤੇ ਨਹੀਂ ਉਹ ਤੇ ਬ੍ਰਹਮਪੁਰਾ ਸਾਹਿਬ ਉਧਰ ਚਲੇ ਗਏ ਨੇ ਹੋਰ ਵੀ ਹੈ ਨੇ ਪਰ ਮੈਂ ਕਹਿਣਾ ਚਾਹਨਾ ਕਿ ਜਿਹੜੇ ਚੰਗੇ ਲੋਕ ਨੇ ਉਹ ਹੀ ਅੱਗੇ ਆਣ ਤੇ ਵੋਟ ਵੀ ਉਹਨਾਂ ਨੂੰ ਪਾ ਜਿਨ੍ਹਾਂ ਦੇ ਉੱਤੇ ਲੋਕਾਂ ਨੂੰ ਭਰੋਸਾ ਹੈ ਕਿ ਅਸੀਂ ਇਹਨਾਂ ਦੇ ਉੱਤੇ ਡਿਪੈਂਡ ਕਰ ਸਕਦੇ ਆ ਤੁਸੀਂ 2017 ਚ ਚੋਣਾਂ ਲੜੀਆਂ ਤੁਹਾਡੀ ਜ਼ਮਾਨਤ ਜ਼ਬਤ ਹੋਈ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਹਿੰਦਾ ਮੈਂ ਜਰਨਲ ਜੇਜੇ ਸਿੰਘ ਨੂੰ ਹਰਾਇਆ ਪਹਿਲੀ ਵਾਰ ਕਿਉਂਕਿ ਕੈਪਟਨ ਨੇ ਇੱਕ ਜਰਨਲ ਨੂੰ ਹਰਾਤਾ ਔਰ ਕਹਿੰਦੇ ਮੈਂ ਜਰਨਲ ਜੇਜੇ ਸਿੰਘ ਦੀ ਜ਼ਮਾਨਤ ਜ਼ਬਤ ਕਰਾਈ ਸੀ ਨਵਜੋਤ ਸਿੰਘ ਸਿੱਧੂ ਨਾਲ ਵੀ ਇਹ ਹੋਏਗਾ ਤੁਸੀਂ ਵੀ ਉਸ ਬਿਆਨ ਦਾ ਬਹੁਤ ਵਿਰੋਧ ਕੀਤਾ ਸੀ ਤੁਹਾਡੇ ਯਾਦ ਹੋਏਗਾ ਤੁਸੀਂ ਹੁਣ ਦੇਖ ਲਓ ਕਿ ਮੈਂ ਸੱਚਾ ਨਿਕਲਿਆ ਕਿ ਉਹ ਨਿਕਲੇ ਮੇਰੀ ਤੇ ਜ਼ਮਾਨਤ ਜ਼ਬਤ ਹੋਈ ਨਾ ਉਹਨਾਂ ਦੀ ਤੇ ਕੁਰਸੀ ਚ ਖਿਸਕ ਗਈ ਉਹਨਾਂ ਦੀ ਕੁਰਸੀ ਕਿਸੇ ਨੇ ਉਹਨਾਂ ਨੂੰ ਕੱਢ ਦਿੱਤਾ ਕੁਰਸੀ ਤੋਂ ਤੇ ਮੈਂ ਨਹੀਂ ਕਹਿਣਾ ਚਾਹਨਾ ਉਹ ਜਮਾਨਾ ਸੀਗਾ ਉਸ ਵੇਲੇ ਉਹਨਾਂ ਨੇ ਜੋ ਕਿਹਾ ਜੋ ਮੈਂ ਕਿਹਾ ਉਹ ਠੀਕ ਹੈ ਪਰ ਮੈਂ ਹੁਣ ਆਹੀ ਕਹਿਣਾ ਚਾਹਨਾ ਕਿ ਮੈਨੂੰ ਮੌਕਾ ਮਿਲੇਗਾ ਤੇ ਮੈਂ ਦਿਖਾਵਾਂਗਾ ਕਿ ਇੱਕ ਰੋਲ ਮਾਡਲ ਪੋਲੀਟੀਸ਼ੀਅਨ ਰੋਲ ਮਾਡਲ ਰਾਜਨੀਤਿਕ ਕਿਹੋ ਜਿਹਾ ਹੁੰਦਾ ਉਹ ਮੈਂ ਲੋਕਨ ਕੈਪਟਨ ਅਮਰਿੰਦਰ ਸਿੰਘ ਦੀ ਕਿਹਾ ਤੁਸੀਂ ਕਿ ਉਹਨਾਂ ਦੀ ਕੁਰਸੀ ਖੁੱਸ ਗਈ ਉਹੀ ਕੈਪਟਨ ਅਮਰਿੰਦਰ ਸਿੰਘ ਹੁਣ ਭਾਜਪਾ ਦੇ ਨਾਲ ਰਲ ਕੇ ਦੁਬਾਰਾ ਕੁਰਸੀ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਮਦਦ ਕਰੋਗੇ ਉਸ ਕੈਪਟਨ ਅਮਰਿੰਦਰ ਸਿੰਘ ਦੀ ਜਿਸ ਨੇ ਤੁਹਾਡੇ ਤੇ ਉਹ ਬਿਆਨ ਦਿੱਤੇ ਸੀ ਦੇਖੋ ਜੀ ਇਸ ਤਰ੍ਹਾਂ ਨਹੀਂ ਮੈਂ ਹੁਣ ਪਰਸਨਲੀ ਜਾਣਨਾ ਚਾਹੁੰਦਾ ਪਰ ਮੈਂ ਇਹੀ ਕਹਿਣਾ ਚਾਹਨਾ ਕਿ ਜਦੋਂ ਉਹਨਾਂ ਦਾ ਭਾਜਪਾ ਨਾਲ ਇਹ ਜਿਹੜਾ ਜੋੜ ਹੋਏਗਾ ਉਹਦੇ ਮੁਤਾਬਿਕ ਅਗਰ ਭਾਜਪਾ ਸਮਝਦੀ ਹੈ ਕਿ ਅਸੀਂ ਉਹਨਾਂ ਨੂੰ ਸਪੋਰਟ ਕਰੀਏ ਤੇ ਮੈਂ ਸਪੋਰਟ ਕਰਾਂਗਾ ਮਨ ਮਿਟਾਬ ਨੇ ਜਿਹੜੇ ਦੂਰ ਹੋ ਚੁੱਕੇ ਨੇ ਹਾਂਜੀ ਬਿਲਕੁਲ ਦੂਰ ਹੋ ਚੁੱਕੇ ਤੁਸੀਂ ਕਿਹਾ ਸੀ ਪਟਿਆਲੇ ਦੇ ਲੋਕ ਜਿਹੇ ਲੋਕ ਨੇ ਜਿਹੜੇ ਕੈਪਟਨ ਦੇ ਮਗਰੀ ਚੱਲਦੇ ਨੇ ਉਹਨੇ ਵੋਟਾਂ ਪਾਉਂਦੇ ਨੇ ਇਸ ਕਰਕੇ ਮੈਂ ਪਟਿਆਲਾ ਤੋਂ ਇਲੈਕਸ਼ਨ ਨਹੀਂ ਲੜਾਂਗਾ ਪਰ ਮੈਂ ਪੰਜਾਬ ਤੋਂ ਕਿਸੇ ਹੋਰ ਜਗ੍ਹਾ ਤੋਂ ਇਲੈਕਸ਼ਨ ਲੜਾਂਗਾ ਤੁਹਾਡੇ ਯਾਦ ਹੋਵੇ ਤਾਂ ਜਦੋਂ ਆਮ ਆਦਮੀ ਪਾਰਟੀ ਨਾਲ ਗੱਲ ਚੱਲ ਰਹੀ ਸੀ ਤੁਸੀਂ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਦੀ ਇੱਛਾ ਜਤਾਈ ਸੀ ਹਾਂਜੀ ਮੈਂ ਖਡੂਰ ਸਾਹਿਬ ਤੋਂ ਕੀਤੀ ਸੀ ਹੁਣ ਮੈਂ ਇਹ ਹੀ ਕਹਿਣਾ ਚਾਹਨਾ ਕਿ ਪਟਿਆਲੇ ਦੇ ਲੋਕਾਂ ਨੇ ਖੁਦ ਹੁਣ ਸਮਝ ਲਿਆ ਹੋਣਾ ਕਿ ਜੋ ਮੈਂ ਕਿਹਾ ਸੀਗਾ ਉਹ ਸਹੀ ਸੀਗਾ ਜਾਂ ਗਲਤ ਸੀਗਾ ਤੇ ਇਸ ਕਰਕੇ ਜੇ ਉਹਨਾਂ ਨੇ ਫਿਰ ਵੋਟ ਬਗੈਰ ਸੋਚੇ ਸਮਝੇ ਪਾਣੀ ਹੈ ਤੇ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜੇਦਾ ਸਾਹਿਬ ਪਟਿਆਲੇ ਦੇ ਲੋਕਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਮੈਂ ਇਹ ਕਹਾਂਗਾ ਕਿ ਕੈਂਡੀਡੇਟ ਦੇਖੋ ਚੰਗਾ ਬੰਦਾ ਦੇਖੋ ਤੁਸੀਂ ਅਗਰ ਕਾਰ ਖਰੀਦਣੀ ਹੈ ਤਾਂ ਸਕੂਟਰ ਖਰੀਦਣਾ ਹੈ ਤੁਸੇ ਮੁੰਡੇ ਦਾ ਵਿਆਹ ਕਰਾਉਣਾ ਹੈ ਤੁਸੀਂ ਸਿਲੈਕਟ ਕਰ ਦਿਓ ਦੇਖਦੇ ਹੋ ਪਰਖਦੇ ਹੋ ਤੇ ਇਸ ਤਰ੍ਹਾਂ ਮੈਂ ਸਮਝਦਾ ਉਹਨਾਂ ਨੂੰ ਵੀ ਪਰਖ ਲੈਣਾ ਚਾਹੀਦਾ ਕਿ ਸਾਹਮਣੇ ਕੈਂਡੀਡੇਟ ਹੈ ਨੇ ਜਿਹੜਾ ਕਾਬਲ ਹੈਗਾ ਜਿਹੜਾ ਉਹਨਾਂ ਦੀ ਸੇਵਾ ਕਰੇਗਾ ਦੇਖੋ ਜੀ ਮੈਂ ਉੱਥੇ ਜਦੋਂ ਉਤਰਿਆ ਸੀਗਾ ਪਟਿਆਲੇ 'ਚ ਮੈਂ ਗਿਆ ਉਹ ਕਹਿੰਦੇ ਜਨ ਸਾਹਿਬ ਤੁਹਾਨੂੰ ਕੀ ਲੋੜ ਹੈ ਇਸ ਕਿਚੜ ਚਾਣ ਦੀ ਮੈਂ ਕਿਹਾ ਜੀ ਗੱਲ ਸੁਣੋ ਮੈਂ ਸੇਵਾ ਦੀ ਭਾਵਨਾ ਨਾਲ ਉਤਰਿਆ ਮੈਦਾਨ ਇਹ ਸਿਆਸਤ ਦੇ ਮੈਦਾਨ ਵਿੱਚ ਤੇ ਉਹ ਕਹਿੰਦੇ ਸੇਵਾ ਕੌਣ ਕਰਦਾ ਹੈ ਤੇ ਮੈਂ ਕਿਹਾ ਜੀ ਕੀ ਕਰਦੇ ਨੇ ਫਿਰ ਕਹਿੰਦੇ ਇੱਥੇ ਤੇ ਲੁੱਟਕ ਸੁਟ ਹੁੰਦੀ ਹੈ ਆ ਸੀ ਲੋਕਾਂ ਦੀ ਮੈਨੂੰ ਐਡਵਾਈਸ ਤੇ ਮੈਂ ਕਿਹਾ ਫਿਰ ਰਾਜਾ ਮਹਾਰਾਜੇ ਵੀ ਅਗਰ ਇਸ ਤਰ੍ਹਾਂ ਖੜੇ ਹੁੰਦੇ ਨੇ ਉਹ ਕਿਉਂ ਖੜੇ ਹੁੰਦੇ ਨੇ ਤੇ ਹੁਣ ਸਮਝ ਗਿਆ ਮੈਂ ਮੈਨੂੰ ਤਜਰਬਾ ਵੀ ਹੋ ਗਿਆ ਕਿ ਭਈ ਸਿਆਸਤ ਵਿੱਚ ਇਹੋ ਜਿਹੇ ਜਿਹੜੇ ਤੁਹਾਨੂੰ ਦੇਖਣੇ ਪੈਣਗੇ ਮੋਕੇ ਉਹਨਾਂ ਦੇ ਉੱਤੇ ਤੁਸੀਂ ਕਿਸ ਤਰ੍ਹਾਂ ਕੈਪਟਨ ਉਮਰਿੰਦਰ ਸਿੰਘ ਨੂੰ ਪਟਿਆਲੇ ਦੇ ਲੋਕਾਂ ਨੇ ਬਹੁਤ ਵਾਰੀ ਪਰਖ ਲਿਆ ਲੱਗਦਾ ਇੱਕ ਵਾਰ ਫੇਰ ਹੁਣ ਪਰਖਣਾ ਚਾਹੀਦਾ ਜਾਂ ਹੁਣ ਖੜਾ ਛੱਡ ਦੇਣਾ ਚਾਹੀਦਾ ਦੇਖੋ ਜੀ ਮੈਂ ਉਹਨਾਂ ਦੇ ਬਾਰੇ ਨਹੀਂ ਕਹਿ ਸਕਦਾ ਪਟਿਆਲਾ ਸੀਟ ਬਾਰੇ ਮੈਂ ਜ਼ਿਕਰ ਕਰਾਂ ਨਹੀਂ ਉਹੀ ਮੈਂ ਕਹਿ ਰਿਹਾ ਕਿ ਉਹਨਾਂ ਦੇ ਨਾਲ ਤਾਲੁਕ ਹੈਗਾ ਉਹ ਉਹਨਾਂ ਦੇ ਮੇਰੇ ਖਿਆਲ ਆਪਣੀ ਆਈ ਊਡ ਸੇ ਰਿਸਪੋਨਸੀਬਿਲਟੀ ਹੈਗੀ ਕਿ ਕਿਥੋਂ ਉਹ ਖੜੇ ਹੋਣ ਔਰ ਕਿਸ ਤਰ੍ਹਾਂ ਕਰਨ ਨਹੀਂ ਨਹੀਂ ਪਟਿਆਲੇ ਦੇ ਲੋਕਾਂ ਨੂੰ ਕੀ ਸੁਜੈਸ਼ਨ ਹੋਏਗਾ ਤੁਹਾਡੇ ਬਲੇ ਕਿਉਂਕਿ ਉਥੋਂ ਦੇ ਤੁਸੀਂ ਤੁਹਾਨੂੰ ਕਹਿੰਦਾ ਤੁਹਾਨੂੰ ਕਿ ਕੈਂਡੀਡੇਟ ਨੂੰ ਪਰਖ ਕੇ ਵੋਟ ਪਾਓ ਤੁਸੀਂ ਆਪਣੀ ਪਾਰਟੀ ਲਈ ਅਪੀਲ ਨਹੀਂ ਕਰੋਗੇ ਕਹੋਗੇ ਕਿ ਕੈਂਡੀਡੇਟ ਨੂੰ ਵਰਕ ਹੋ ਜੇ ਵਧੀਆ ਲੱਗ ਰਿਹਾ ਤਾਂ ਵੋਟ ਪਾ ਦੇਣਾ ਨਹੀਂ ਕਿਸੇ ਨੂੰ ਹੋਰ ਪਾ ਦਿਓ ਮੈਂ ਇਹ ਕਵਾਂਗਾ ਜਿੱਥੇ ਵੀ ਜਾਵਾਂਗਾ ਇਹ ਹੀ ਕਵਾਂਗਾ ਤੁਸੀਂ ਕੈਂਡੀਡੇਟ ਨੂੰ ਵੋਟ ਪਾਓ ਕਿਉਂਕਿ ਇਵੈਂਚੁਅਲੀ ਜੇ ਉਹ ਤੁਹਾਡਾ ਕੰਮ ਨਹੀਂ ਕਰੇਗਾ ਤੁਹਾਨੂੰ ਤੁਹਾਡਾ ਫਾਇਦਾ ਕੋਈ ਤੁਹਾਡਾ 5 ਸਾਲ ਚਲਾ ਗਿਆ ਲੰਮਾ ਤਜਰਬਾ ਲੰਮਾ ਤੁਹਾਡਾ ਲੰਮਾ ਤਜਰਬਾ ਰਹੇਗਾ ਰਾਜਨੀਤੀ ਚ ਬੇਸ਼ੱਕ ਘਟ ਹੈਗਾ ਬੇਸ਼ੱਕ ਰਾਜਨੀਤੀ ਚ ਮੈਂ ਕਹੂੰ ਧੋਖੇ ਵੀ ਖਾਦੇ ਨੇ ਤਾਂ ਕੀ ਜਨਰਲ ਸਾਹਿਬ ਹੁਣ ਕੈਪਟਨ ਅਮਰਿੰਦਰ ਸਿੰਘ ਲਈ ਪਟਿਆਲਾ ਚ ਪ੍ਰਚਾਰ ਕਰਦੇ ਸਾਨੂੰ ਨਜ਼ਰ ਆ ਸਕਦੇ ਨੇ ਦੇਖੋ ਜੀ ਜੇ ਉਹ ਮੈਨੂੰ ਰਿਕੁਐਸਟ ਕਰਨਗੇ ਮੈਂ ਜ਼ਰੂਰ ਆਵਾਂਗਾ ਜ਼ਰੂਰ ਆਵਾਂਗਾ ਪਰ ਇੱਕ ਚੀਜ਼ ਸਿਆਸਤ ਵਿੱਚ ਜਿੱਤ ਹਾਰ ਹੁੰਦੀ ਹੈ ਪਰ ਇਨਸਾਨ ਜੇ ਨੇਕ ਰਾਦੇ ਨਾਲ ਕੰਮ ਕਰਨਾ ਚਾਹੁੰਦਾ ਹੈ ਤੇ ਫਿਰ ਕਈ ਲੋਕਾਂ ਨੇ ਵੱਡੇ ਵੱਡੇ ਲੋਕਾਂ ਨੇ ਆਪਣੀ ਇਲੈਕਸ਼ਨ ਵਿੱਚ ਹਾਰ ਦੇਖੀ ਹੈ ਤੁਸੀਂ 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 ਬਿਲਕੁਲ ਬਿਲਕੁਲ ਤੁਸੀਂ ਤੁਸੀਂ ਵੀ ਤੁਸੀਂ ਵੀ ਤੁਸੀਂ ਵੀ ਬਿਆਨ ਬਹੁਤ ਸਾਰੇ ਜਟਲੀ ਸਾਹਿਬ ਨੇ ਵੀ ਹਾਰ ਦੇਖੀ ਆਪਣੇ ਹਰਦੀਪ ਪੂਰੀ ਸਾਹਿਬ ਨੇ ਵੀ ਹਾਰ ਦੇਖੀ ਉਹ ਇਸ ਤਰ੍ਹਾਂ ਕਰਕੇ ਰਾਜਨੀਤੀ ਵਿੱਚ ਇਹ ਹੋਣਾ ਹੀ ਹੋਣਾ ਪਰ ਮੈਨੂੰ ਕੋਈ ਉਹਦੇ ਨਾਲ ਮੈਨੂੰ ਦੁੱਖ ਨਹੀਂ ਹੈਗਾ ਕਿ ਮੈਂ ਹਾਰਿਆ ਸੀਗਾ ਕਿਉਂਕਿ ਜੇ ਨਹੀਂ ਹਾਰਿਆ ਤੇ ਮੈਂ ਜਿੱਤ ਜਾਂਦਾ ਤੇ ਮੈਂ ਸੇਵਾ ਕਰਨੀ ਸੀ 5 ਸਾਲ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਦੇ ਤੁਹਾਡੇ ਵੱਲੋਂ ਬਿਆਨ ਜਾਰੀ ਕੀਤੇ ਗਏ ਜਿਸ ਤਰ੍ਹਾਂ ਦੇ ਬਿਆਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਗਏ ਪਰ ਅੱਜ ਦੋਨੋਂ ਇੱਕੋ ਪਲੇਟਫਾਰਮ ਤੇ ਖੜੇ ਨਜ਼ਰ ਆਉਂਗੇ ਤਾਂ ਲੱਗਦਾ ਹੈ ਕਿ ਰਾਜਨੀਤੀ ਵਿੱਚ ਬਿਆਨਾਂ ਨੂੰ ਵੀ ਸੋਚ ਸਮਝ ਕੇ ਦੇਣਾ ਚਾਹੀਦਾ ਕਿ ਪਤਾ ਨਹੀਂ ਕੱਲ ਨੂੰ ਇੱਕੋ ਜਾਈਂ ਦੇਖੋ ਜੀ ਆ ਨਹੀਂ ਹੈ ਉਸ ਵੇਲੇ ਮੈਂ ਸਮਝਣਾ ਕਿ ਜੋ ਹਾਲਾਤ ਸੀਗੇ ਉਹਦੇ ਮੁਤਾਬਕ ਆਦਮੀ ਨੇ ਜੋ ਵੀ ਬਿਆਨ ਦਿੱਤੇ ਦਿੱਤੇ ਹੁਣ ਜਿਹੜੇ ਹੈਗੇ ਮੌਜੂਦਾ ਹਾਲਾਤ ਜਿਹੜੇ ਨੇ ਇਹਨਾਂ ਚ ਹੁਣ ਅਸੀਂ ਦੇਖਾਂਗੇ ਜਿਸ ਤਰ੍ਹਾਂ ਮੈਂ ਕਿਹਾ ਜੇ ਪਾਰਟੀ ਹਾਲੇ ਤੇ ਅਲਾਈਅੰਸ ਦੀ ਕੋਈ ਅਨਾਉਂਸਮੈਂਟ ਵੀ ਨਹੀਂ ਹੋਈ ਕਿ ਕਿੰਨੀ ਸੀਟਾਂ ਕਿਹਨੂੰ ਮਿਲਣਗੀਆਂ ਤੇ ਜੇ ਪਾਰਟੀ ਦਾ ਫੈਸਲਾ ਹੈ ਕਿ ਭਈ ਅਸੀਂ ਗੱਡਜੋੜ ਕਰਾਂਗੇ ਤੇ ਫਿਰ ਆਪਾਂ ਇਲੈਕਸ਼ਨ ਲੜ ਰਹੇ ਹੋ ਨਾ ਬਾਈ ਦਾ ਦੇਖਾਂਗੇ ਠੀਕ ਹੈ ਸਭਾ ਬੋਤਾਂ ਦੇਖੋ ਜੀ ਹਾਂ ਮਿਹਰਬਾਨੀ ਥੈਂਕ ਯੂ ਥੈਂਕ ਯੂ ਸੋ ਜਨਰਲ ਜੇ ਜੇ ਸਿੰਘ ਹੈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਪਾਰਟੀ ਕੋਈ ਵੀ ਡਿਊਟੀ ਲਾਉਗੀ ਤਾਂ ਉਸ ਪਾਰਟੀ ਦੇ ਪੂਰਾ ਉੱਤਰਿਆ ਜਾਏਗਾ ਔਰ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ 36 ਦਾ ਅੰਕੜਾ ਜ਼ਰੂਰ ਹੁੰਦਾ ਸੀ ਪਰ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਜਨਰਲ ਸਾਹਿਬ ਦਿਖਾਈ ਦੇ ਰਹੇ ਨੇ ਕਹਿੰਦੇ ਪਾਰਟੀ ਜੋ ਵੀ ਹੁਕਮ ਲਾਏਗੀ ਉਸ ਨੂੰ ਪੂਰਾ ਕੀਤਾ ਜਾਏਗਾ ਕੈਮਰਾਮੈਨ ਗਰੀਸ਼ ਦੇ ਨਾਲ ਰੋਹਿਤ ਪੱਕਾ এবੀਪੀ ਸੰਝਾ ਚੰਡੀਗੜ੍ਹ